अंदर नगर कौंसल चोणां दे टाइम अजकल गली मुहल्लियां विच जिथे उम्मीदवारां दे स्पीकर खड़कदे हुंदे सी उत्थे हुण भाजपा दे विरोध विच किसान दे स्पीकर खड़क रहे ने। ताजियां तस्वीरां सामने आईयां ने फिरोजपुर दे दिहाती हलका तलवंडी तों जिथे नगर कौंसल चोणां नूं लै के भाजपा ने भी अपने उम्मीदवार खड़े किते ने, पर किसानी अंदोलन दे चलदिआं जिथे इक पासे किसानां वल्लों भाजपा लीडरां दा घिराओ कीता जा रिहा ते उत्थे हुण किसानां ने नगर कौंसल चोणां नूं लै के गली मुहल्ले अनाउंसमेंट करनी शुरू कर दिती है कि कोई भी वोटर भाजपा नूं वोट ना देवे। इस मौके पत्रकारां दे नाल गल्लबात करदिआं किसान आगू बलजिंदर सिंह बब्बी ने की कहा, आओ जानदे हां। जिहड़े गलती नाल जां भुलेखे नाल भाजपा दे ਨਿਸ਼ਾਨ 'ਤੇ ਚੋਣ ਲੜ ਰਹੇ ਆ ਉਹਨਾਂ ਨੂੰ ਦੱਸਣਾ ਹੈ ਵੀ ਤੁਸੀਂ ਸਮਝੋ, ਨਹੀਂ ਤਾਂ ਕਿਸਾਨਾਂ ਵੱਲੋਂ ਬਾਈਕਾਟ ਕਰਾਂਗੇ ਅਸੀਂ ਤੁਹਾਡਾ। ਜੇ ਕਿਸੇ ਵੀਰ ਦੀ ਦੁਕਾਨ ਦਾ ਤਾਂ ਉਹਦੀ ਦੁਕਾਨ 'ਚ ਬੈਠਾਂਗੇ, ਸਾਹਮਣੇ ਬੈਠਾਂਗੇ, ਤਖਤੀਆਂ ਲੈ ਕੇ ਹੱਥਾਂ 'ਚ, ਜੇ ਦਰੀ ਵਿਛਾਉਣ ਦੀ ਲੋੜ ਪਈ ਤਾਂ ਉਹ ਵੀ ਵਿਛਾ ਕੇ ਬੈਠਾਂਗੇ। ਅਜੇ ਉਹਨੂੰ ਅਸੀਂ ਅੱਜ ਵਾਰਨਿੰਗ ਦੇਣਾ ਆ, ਪਿਆਰ ਨਾਲ ਕਹਿਣਾ ਆ ਵੀ ਤੈਨੂੰ ਅਸੀਂ ਸਾਰੀ ਉਮਰ ਅਸੀਂ ਤੇਰੇ ਰੀਣੀ ਰਵਾਂਗੇ ਜੇ ਤੂੰ ਇਹਨਾਂ ਦਾ ਖੇੜਾ ਅੱਜ ਛੱਡਦਾ ਹੈ। ਸੋ ਇਸ ਮੌਕੇ ਹੋਰ ਵੀ ਕਿਸਾਨ ਆਗੂਆਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ, ਕੀ ਕਹਿਣਾ ਉਹਨਾਂ ਦਾ ਆਓ ਜਾਣਦੇ ਹਾਂ। ਇਹ ਜੀ ਸਾਨਾ ਪ੍ਰਚਾਰ ਕਰਨ ਦਾ ਕੋਈ ਐਡਾ ਸ਼ੌਂਕ ਨਹੀਂ ਸਾਨੂੰ। ਇੱਥੇ ਜਦੋਂ ਪਤਾ ਲੱਗਾ ਵੀ ਸਾਨੂੰ ਤਲਵੰਡੀ ਦੇ ਵਿੱਚ ਵੀ ਕੋਈ ਫੁੱਲ ਦੇ ਉੱਤੇ ਨਿਸ਼ਾਨ ਦੇ ਭਾਜਪਾ ਦੇ ਕੇ ਖੜੇ ਕੋਈ ਉਮੀਦਵਾਰ ਕੈਂਡੀਡੇਟ ਖੜੇ ਆ, ਅਸੀਂ ਉਹਨਾਂ ਨੂੰ ਇਹ ਬੇਨਤੀ ਕਰਦੇ ਹਾਂ ਵੀ ਯਾਦ ਉਮੀਦਵਾਰ ਖੜ ਜਾਓ, ਸਾਨੂੰ ਕੋਈ ਇਤਰਾਜ਼ ਨਹੀਂ ਗਾ, ਵੀ ਕਮਲ ਦੇ ਫੁੱਲ ਤੇ ਨਾ ਲੜੋ। ਹੋਰ ਚਲੋ ਤੁਹਾਨੂੰ ਸਾਡੇ ਭਰਾ ਹੈ, ਭਾਈਚਾਰਾ ਦੇ ਵਿੱਚ ਅਸੀਂ ਆਪਾਂ ਇੱਕ ਦੂਜੇ ਨਾਲ ਮਿਲਦੇ ਵਰਤਦੇ, ਮੰਡੀ ਦੇ ਵਿੱਚ ਸਾਡਾ ਮੰਡੀ ਘਰ ਹੀ ਆ ਜੋ ਪਿੰਡ ਭੋਲੂ ਵਾਲਾ, ਕੋਈ ਨਹੀਂ ਅਸੀਂ ਨੇੜੇ ਤੇੜੇ ਸਾਰੇ ਮੰਡੀ ਨਾਲ ਸੰਬੰਧ ਆ ਸਾਡੇ, ਅਸੀਂ ਉਹਨਾਂ ਦੇ ਨਾਲ ਬਾਈਕਾਟ ਕਰਾਂਗੇ ਜਿਹੜਾ ਅੱਜ ਨਹੀਂ ਸਾਡੀ ਇਹ ਗੱਲ ਸੁਣਦੇ। ਅਤੇ ਅਸੀਂ 2.5 ਮਹੀਨੇ ਦੇ ਉੱਥੇ ਦਿੱਲੀ ਬੈਠੇ ਹਾਂ, ਜੇ ਫਿਰ ਇਹ ਭਾਜਪਾ ਦੇ ਇੰਨੇ ਹਮਦਰਦੀ ਸੀ ਤੇ ਸਾਡੀ ਜਾ ਕੇ ਉੱਥੇ ਮੋਦੀ ਕੋਲੇ ਜਾਂ ਕੋਈ ਗੱਲ ਕਰਦੇ ਜਾ ਕੇ ਵੀ ਅਸੀਂ ਪੰਜਾਬ ਦੇ ਵਿੱਚ ਰਹਿੰਦੇ ਹਾਂ, ਅਸੀਂ ਕੱਲ੍ਹ ਨੂੰ ਕੋਈ ਇਲੈਕਸ਼ਨ ਆਉਣੀ ਅਸੀਂ ਤੁਹਾਡੇ ਵਾਸਤੇ ਵੋਟਾਂ ਵੀ ਮੰਗਣੀਆਂ ਅਤੇ ਸਾਡਾ ਇਹਨਾਂ ਕਿਸਾਨਾਂ ਦਾ ਇਹਨਾਂ ਦਾ ਫੈਸਲਾ ਕਰੋ। ਅਤੇ ਆੜ੍ਹਤੀਆਂ ਵੀ ਆ ਅਤੇ ਸਾਰੇ ਆੜ੍ਹਤੀਆਂ ਨਾਲੋਂ ਕੋਈ ਸਾਰੇ ਮਜ਼ਦੂਰਾਂ ਦਾ ਵੀ ਇੱਕ ਆ ਇਹੀ ਗੱਲ ਆ ਵੀ ਉਹਨਾਂ ਨੂੰ ਵੀ ਕੰਮ ਬੰਦ ਕਰਨ ਲੱਗੇ ਆ, ਜਦੋਂ ਇਹ ਵੱਡੇ ਵੱਡੇ ਡਰੰਮ ਬਣਾ ਲਏ ਅਤੇ ਇਹਨਾਂ ਨੇ ਕਣਕ ਉੱਥੇ ਪਾ ਲੈਣੀ ਆ, ਕਿਸੇ ਨੂੰ ਬੋਰੀ ਚੱਕਣ ਦਾ ਨਾ ਕਿਸੇ ਨੂੰ ਕੋਈ ਦਾਣੇ ਲੈਣ ਦਾ ਕੋਈ ਅਧਿਕਾਰ ਨਹੀਂ ਹੋਊਗਾ, ਨਾ ਚਿੜੀ ਵੀ ਨਹੀਂ ਚੁੰਝ ਲੈ ਸਕਦੀ ਇਹਨਾਂ ਸਾਰੇ। ਤਾਂ ਹੀ ਗਰੀਬਾਂ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਵੀ ਤੁਸੀਂ ਇਹਦੇ ਫੁੱਲ ਦੇ ਉੱਤੇ ਮੋਹਰ ਨਾ ਲਾਇਆ ਜੋ, ਵੀ ਹੋਰ ਜਿਹਨੂੰ ਮਰਜ਼ੀ ਪਾ ਦਿਓ। ਅਸੀਂ ਅੱਜ ਜੋ ਅੱਜ ਪ੍ਰਚਾਰ ਕਰ ਰਹੇ ਹਾਂ, ਅਸੀਂ ਵੋਟਰ ਵੀਰਾਂ ਨੂੰ ਖਾਸ ਕਰਕੇ ਬੋਲਣ ਆਏ ਹਾਂ, ਜਿਹਨਾਂ ਨੇ ਜੇ ਭਾਜਪਾ ਵਾਲੇ ਤਾਂ ਬੇਸ਼ਰਮ ਹਨ, ਇਹਨਾਂ ਨੂੰ ਖੁਦ ਹੀ ਚਾਹੀਦਾ ਸੀ ਕਿ ਇਹ ਜੋ ਫੁੱਲ 'ਤੇ ਕਮਲ ਦੇ ਫੁੱਲ 'ਤੇ ਇਹ ਆਪਦਾ ਉਮੀਦਵਾਰ ਨਾ ਬਣਦੇ, ਪਰ ਇਹ ਬੇਸ਼ਰਮ ਹਨ, ਇਹ ਮੋਦੀ ਵਰਗੇ ਬੇਸ਼ਰਮ ਹਨ। ਇਹਨਾਂ ਨੂੰ ਅਜੇ ਤੱਕ ਪਤਾ ਨਹੀਂ ਲੱਗਾ ਹੈ 200 ਤੋਂ ਵੱਧ ਕਿਸਾਨ ਉੱਥੇ ਸ਼ਹੀਦ ਹੋ ਚੁੱਕਾ ਹੈ, ਪਰ ਇਹਨਾਂ ਨੇ ਜਿੰਨੇ ਵੀ ਪੰਜਾਬ ਦੇ ਲੀਡਰ ਹਨ ਭਾਜਪਾ ਦੇ, ਇਹਨਾਂ ਨੇ ਇੱਕ ਨੇ ਵੀ ਜਾ ਕੇ ਉੱਥੇ ਸਰਕਾਰ ਨੂੰ ਨਹੀਂ ਕਿਹਾ ਕਿ ਭਾਈ ਤੁਸੀਂ ਕਿਸਾਨਾਂ ਦੀ ਗੱਲ ਸੁਣੋ। ਇਸ ਕਰਕੇ ਅਸੀਂ ਵੋਟਰ ਵੀਰਾਂ ਨੂੰ ਬੇਨਤੀ ਕਰਦੇ ਹਾਂ ਖਾਸ ਕਰਕੇ ਕਿ ਫੁੱਲ 'ਤੇ ਬਿਲਕੁਲ ਮੋਹਰ ਨਾ ਲਾਇਆ ਜੇ, ਆਪਾਂ ਇਹਨਾਂ ਨੂੰ ਜੀਰੋ ਕਰਕੇ ਇੱਥੋਂ ਘੱਲਣਾ ਹੈ ਪੰਜਾਬ ਦੇ ਵਿੱਚੋਂ, ਇਹ ਜੀਰੋ ਹੋ ਕੇ ਜਾਣ। ਬਿਊਰੋ ਰਿਪੋਰਟ, ਦੀ ਟੀਵੀ ਐਨ ਆਰ ਆਈ।